ਤੁਸੀਂ ਵੇਖ ਰਹੇ ਹੋ ਚਨਕਾਟਾ ਟੀਵੀ ਨਿਊਜ਼। ਸ਼ਹਿਰੀ ਚੋਣਾਂ ਦਾ ਦੰਗਲ ਹੈਗਾ ਆ ਹੁਣ ਬਹੁਤ ਭਖਿਆ ਹੋਇਆ ਨਜ਼ਰ ਆ ਰਿਹਾ ਤੇ ਅੱਜ ਨਕੋਦਰ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਵੱਲੋਂ ਇੱਕ ਛੋਟੀ ਜਿਹੀ ਰੈਲੀ ਕੱਢੀ ਜਾ ਰਹੀ ਆ ਤੇ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਕਨਵੀਨਰ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਰ ਇਹਦਾ ਮੋਟਿਵ ਕੀ ਹੈਗਾ ਆ ਵੀ ਸਰ ਫਸੀਕਾ ਜੀ ਫਸੀਕਾ ਸਰ ਕੀ ਮੋਟਿਵ ਆ ਤੁਹਾਡਾ ਅੱਜ ਜਿਹੜਾ ਇਸ ਛੋਟੀ ਜਿਹੀ ਚੀਜ਼ ਨੂੰ ਰੈਲੀ ਕਰਦੇ ਹੋ ਕੀ ਚੱਕੀ ਹੈਗਾ ਕੀ ਹੈਗਾ ਅਸੀਂ ਇਹ ਰੈਲੀ ਵੀ ਨਹੀਂ ਕਹਿ ਸਕਦੇ ਅੱਜ ਅਸੀਂ ਆਗਾਜ਼ ਕਰਨ ਜਾ ਰਹੇ ਆ ਮਤਲਬ ਆਪਣੀ ਮੁਹਿੰਮ ਦਾ ਔਰ ਉਹਦੇ ਵਿੱਚ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਨਾਲ ਸਾਰੇ ਜਿਹੜੇ ਲੋਕ ਜੁੜੇ ਨੇ ਉਹ ਅਸੀਂ ਸਾਰੇ ਸ਼ਹਿਰ ਦੇ ਵਿੱਚ ਇੱਕ ਐਸਾ ਮਾਹੌਲ ਕ੍ਰੀਏਟ ਕਰੀਏ ਜਿਹਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਵੱਧ ਤੋਂ ਵੱਧ ਸਾਡੇ ਲੋਕ ਜਿੱਤਦੇ ਹਨ ਔਰ ਸਾਫ਼ ਸੁਥਰਾ ਜਿਹੜਾ ਇੱਥੋਂ ਦਾ ਨਗਰ ਕੌਂਸਲ ਦਾ ਕਾਰਜ ਮਤਲਬ ਕੰਮ ਕਾਰ ਹੈ ਉਹਨੂੰ ਮਤਲਬ ਚਲਾਉਣ ਤਾਂ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਜਿਹੜੀਆਂ ਉਹ ਮਿਲ ਸਕਣ ਮੈਂ ਹੁਣੇ ਹੁਣੇ ਗੱਲ ਕੀਤੀ ਹੈ ਕਿ ਇੱਕ ਸਦੀਆਂ ਤੋਂ ਅਸੀਂ ਨਕੋਦਰ ਆ ਰਹੇ ਹਾਂ ਔਰ ਬੱਸ ਸਟੈਂਡ ਤੋਂ ਲੈ ਕੇ ਬਾਈਪਾਸ ਤੱਕ ਦੀ ਇੱਕ ਐਸੀ ਰੋਡ ਹੈ ਜਿੱਥੇ ਕਾਰਪੋਰੇਸ਼ਨ ਜਾਂ ਕੌਂਸਲ ਦਾ ਦਫ਼ਤਰ ਵੀ ਉਹਦੇ ਮਤਲਬ ਰੋਡ ਦੇ ਉੱਤੇ ਹੈ ਅੱਜ ਤੱਕ ਉਹ ਸੜਕ ਵੀ ਇਹਨਾਂ ਕੋਲ ਤਿਆਰ ਹੋਈ ਔਰ ਇਹਨਾਂ ਨੇ ਆਮ ਮਤਲਬ ਸੜਕਾਂ ਦਾ ਕੀ ਕਰਨਾ ਕੀ ਹੈ ਅਸੀਂ ਜਿਹੜੀ ਇਹ ਰਾਜਨੀਤੀ ਵਿੱਚ ਗੰਦਗੀ ਜਿਹੜੀ ਹੈ ਉਹਨੂੰ ਸਾਫ਼ ਕਰਨ ਵਾਸਤੇ ਆਏ ਹਾਂ ਜਿਵੇਂ ਕਿ ਬੇਰੁਜ਼ਗਾਰੀ ਭ੍ਰਿਸ਼ਟਾਚਾਰ ਲੈਣ ਮਾਫੀਆ ਸਹਿਣ ਮਾਫੀਆ ਜਾਂ ਸ਼ਰਾਬ ਮਾਫੀਆ ਹਰ ਤਰ੍ਹਾਂ ਦਾ ਮਾਫੀਆ ਜਿਹੜਾ ਇਹ ਸਾਜ ਦੇ ਵਿੱਚ ਇਸ ਵੇਲੇ ਉਹ ਸਿਰ ਕੱਢ ਕੇ ਪੂਰੀ ਛਾਤੀ ਠੋਕ ਕੇ ਜਿਹੜਾ ਆਪਣਾ ਕੰਮ ਕਰ ਰਿਹਾ ਹੈ ਅੱਜ ਉਹ ਗੰਦਗੀ ਜਿਹੜੀ ਹੈ ਅੱਜ ਸਾਡੇ ਜਿਹੜੇ ਜਿੰਨੇ ਵੀ ਕੈਂਡੀਡੇਟ ਨੇ ਉਹ ਝਾੜੂ ਦੇ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਉਹ ਗੰਦਗੀ ਅੱਜ ਅਸੀਂ ਸਾਫ਼ ਕਰਨ ਦਾ ਇੱਕ ਜਿਹੜਾ ਉਹ ਮਤਲਬ ਵਿਢਿਆ ਹੈ ਪ੍ਰੋਗਰਾਮ ਉਹਨੂੰ ਹੈ ਜੀ ਸਰ ਤੁਹਾਨੂੰ ਲੱਗਦਾ ਨਹੀਂ ਅੱਜ ਦੇ ਟਾਈਮ 'ਚ ਸਰ ਸੜਕਾਂ ਦਾ ਕੰਮ ਨਹੀਂ ਕਰਦੇ ਨਕੁੱਦਰ ਦੇ ਬਹੁਤ ਵੱਡੀ ਗੱਲ ਆ ਬਾਕੀ ਤਾਂ ਬਹੁਤ ਦੂਰ ਦੀ ਗੱਲ ਆ ਨਸ਼ਾ ਮਾਫੀਆ ਨਾਲ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਇੱਥੇ ਕਰ ਰਹੇ ਹੋ ਇਹ ਤੁਸੀਂ ਪਹਿਲਾਂ ਸਰਕਾਰ ਪਾਸੇ ਨਹੀਂ ਦੇਖਿਆ ਵੀ ਅਸੀਂ ਜਿਹੜੀ ਰੋਡ ਬਣਨ ਵਾਲੀ ਪਈ ਆ ਉੱਧਰ ਆਪਣੀ ਜਿਹੜੀ ਮਰਾਸ਼ ਵਾਲੀ ਰੋਡ ਹੈਗੀ ਆ ਉਹਦੇ ਨਾਲ ਪਾਸੇ ਦੁਕਾਨਦਾਰ ਬਹੁਤ ਦੁਖੀ ਨੇ ਅੱਜ ਤੁਹਾਡੀ ਰੈਲੀ ਜੇ ਤੁਸੀਂ ਅਜੇ ਇੱਥੋਂ ਸ਼ੁਰੂ ਕਰ ਰਹੇ ਹੋ ਉੱਥੋਂ ਸ਼ੁਰੂ ਕਰਨੀ ਚਾਹੀਦੀ ਤੁਹਾਨੂੰ ਅੱਗੇ ਕੀ ਵਜ੍ਹਾ ਕੀ ਹੈ ਨਹੀਂ ਅਸੀਂ ਉਹ ਜਿਹੜਾ ਰੋਡ ਹੈ ਉੱਥੋਂ ਤੱਕ ਜ਼ਰੂਰ ਜਾਵਾਂਗੇ ਇੱਥੋਂ ਰੈਲੀ ਕਰਦੇ ਕਰਦੇ ਐਸੀ ਕੋਈ ਗੱਲ ਨਹੀਂ ਕਿ ਸਾਡੇ ਧਿਆਨ ਵਿੱਚ ਨਹੀਂ ਹੈ ਸਾਡੇ ਧਿਆਨ ਵਿੱਚ ਨਕੋਦਰ ਸ਼ਹਿਰ ਦਾ ਹਰੇਕ ਮਸਲਾ ਸਾਡੀ ਪਾਰਟੀ ਦੇ ਧਿਆਨ ਵਿੱਚ ਹੈ ਔਰ ਉਹ ਸਾਰੇ ਮਸਲਿਆਂ ਉੱਤੇ ਅਸੀਂ ਫੋਕਸ ਕੀਤਾ ਹੋਇਆ ਹੈ ਔਰ ਜਦੋਂ ਸਾਡੇ ਮਤਲਬ ਜਿਹੜੇ ਬੰਦੇ ਜਿੱਤ ਕੇ ਆਉਣਗੇ ਉਹ ਸਾਰੀਆਂ ਮਤਲਬ ਪਹਿਲ ਦੇ ਆਧਾਰ 'ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਨਹੀਂ ਜਿਹੜੀ ਤੁਸੀਂ ਪਹਿਲੇ ਗੱਲ ਕੀਤੀ ਕਿ ਦਿੱਲੀ ਮਾਡਲ ਨੂੰ ਆਪਾਂ ਮਤਲਬ ਲੋਕਾਂ ਨੂੰ ਕਹਿੰਦੇ ਹਾਂ ਦਿੱਲੀ ਮਾਡਲ ਅੱਜ ਦੇਸ਼ ਦੇ ਵਿੱਚ ਜਿਹੜੀ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਵੀ ਇੱਕ ਮਾਡਲ ਨੂੰ ਲੈ ਕੇ ਮਤਲਬ ਉਹਨੇ ਇੱਥੇ ਮਤਲਬ ਪ੍ਰਚਾਰ ਕੀਤਾ ਸੀ ਉਹਨੇ ਵੀ ਸਭ ਤੋਂ ਪਹਿਲੇ ਗੁਜਰਾਤ ਮਾਡਲ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਔਰ ਉਹ ਮਾਡਲ ਨੂੰ ਲੋਕਾਂ ਨੇ ਪਸੰਦ ਉਸ ਵੇਲੇ ਕੀਤਾ ਹੋਏਗਾ ਅਤੇ ਉਹ ਇਸ ਕਰਕੇ ਉਹ ਮਾਡਲ
ਇੱਕ ਤਾਂ ਕੋਈ ਰੋਲ ਤਾਂ ਸਾਹਮਣੇ ਰੱਖਣੇ ਪਏਗਾ। ਕਹਿ ਸਕਦੇ ਨੇ ਕਿ ਦਿਖਾਵਾ ਦਿਖਾਤਾ ਦਿੱਲੀ ਵਾਲਾ ਤੇ ਹੁਣ ਚਾਲ ਕੇ ਅਸੀਂ ਪੰਜਾਬ ਵਾਲੇ ਪਾਸੇ। ਦਿਖਾਵਾ ਨਹੀਂ ਹੈ, ਅਸੀਂ ਸਾਖਸ਼ਾਤ ਜਿਹੜਾ ਇਹ ਮਤਲਬ ਇਹ ਸੱਚਾਈ ਹੈ ਔਰ ਇਹ ਸਾਹਮਣੇ ਜਿਹੜਾ ਨਜ਼ਰ ਆਉਂਦਾ। 5 ਸਾਲ ਕਿੱਥੇ ਹੁੰਦੇ ਹੋ, 5 ਸਾਲ ਵਿੱਚ ਤੁਸੀਂ ਲੋਕਾਂ 'ਚ ਕਿਉਂ ਨਹੀਂ ਵਿਚਰਦੇ, ਲੋਕਾਂ ਨਾਲ ਗੱਲਬਾਤ ਕਿਉਂ ਨਹੀਂ ਕਰਦੇ, ਲੋਕਾਂ ਦੇ ਜਿਹੜੇ ਹਾਲਾਤ ਉਹ ਕਿਉਂ ਸੰਭਾਲਦੇ, ਜਿਹੜੇ ਸੜਕਾਂ ਕਿੰਨੇ ਦੇਰ ਤੋਂ ਬਣਨ ਵਾਲੀਆਂ ਪਈਆਂ ਨੇ ਉਹਨਾਂ ਨੂੰ ਤੁਸੀਂ ਪਹਿਲਾਂ ਤੋਂ ਪਹਿਲੇ ਪੱਖ ਦੇ ਤੌਰ 'ਤੇ ਕਿਉਂ ਨਹੀਂ ਬਣਵਾਉਂਦੇ। ਦੇਖੋ ਇਹ ਜਿਹੜੇ ਸਾਡੇ ਜਿੱਤੇ ਹੋਏ ਨੁਮਾਇੰਦੇ ਨੇ ਉਹਨਾਂ ਆਪਣੀ ਗੱਲ ਰੱਖਣੀ ਹੁੰਦੀ ਹੈ, ਅਸੀਂ ਤਾਂ ਸਿਰਫ ਸਰਕਾਰ ਤੱਕ ਆਪਣੀ ਗੱਲ ਪਹੁੰਚਾ ਸਕਦੇ ਹਾਂ ਮੁਜ਼ਾਹਰਿਆਂ ਰਾਹੀਂ ਜਾਂ ਧਰਨੇ ਪ੍ਰਦਰਸ਼ਨ ਰਾਹੀਂ, ਉਹ ਅਸੀਂ ਸਮੇਂ ਸਮੇਂ ਉੱਤੇ ਜਿਹੜੇ ਇਹਦਾ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਤੁਸੀਂ ਇਹ ਗੱਲ ਕਰ ਰਹੇ ਵੀ ਜੇ ਅਸੀਂ ਜਿੱਤ ਗਏ ਤਾਂ ਅਸੀਂ ਆਹ ਕਰ ਦਾਂਗੇ, ਜੇ ਅਸੀਂ ਜਿੱਤ ਗਏ ਉਹ ਕਰ ਦਾਂਗੇ, ਜੇ ਤੁਸੀਂ ਨਾ ਜਿੱਤੇ ਤੁਹਾਡੀ ਕੋਈ ਸਮਾਜਿਕ ਜ਼ਿੰਮੇਵਾਰੀ ਦੇ ਬਾਵਜੂਦ ਸਾਡੀ ਇਹ ਅਸੀਂ ਗੱਲ ਨਹੀਂ ਹੈ, ਉਹਦੇ ਬਾਵਜੂਦ ਸਾਡੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਉਜਾਗਰ ਕੀਤਾ ਜਾਏ, ਲੋਕਾਂ ਦੇ ਮਸਲਿਆਂ ਨੂੰ ਲੈ ਕੇ ਸਰਕਾਰ ਦੇ ਕੰਨਾਂ ਤੱਕ ਜਿਹੜੀ ਲੋਕਲ ਸਰਕਾਰ ਹੈ ਉਹਦੇ ਕੰਨਾਂ ਤੱਕ ਆਵਾਜ਼ ਪਾਈ ਜਾਏ। ਐਸੀ ਕੋਈ ਗੱਲ ਨਹੀਂ ਹੈ ਕਿ ਆਮ ਆਦਮੀ ਪਾਰਟੀ ਤੇ ਹਮੇਸ਼ਾ ਹੀ ਮੁੱਦਿਆਂ ਦੇ ਉੱਤੇ ਮਤਲਬ ਆਪਣਾ ਜਿਹੜਾ ਫੋਕਸ ਕਰਦੀ ਰਹੀ ਹੈ ਔਰ ਪੰਜਾਬ ਦੇ ਵਿੱਚ ਅੱਜ ਤੱਕ ਜਿੰਨੇ ਵੀ ਵੱਡੇ ਵੱਡੇ ਮੁੱਦੇ ਹੋਏ ਨੇ ਨਾ ਤੇ ਅਕਾਲੀ ਦਲ ਨਾ ਹੀ ਬੀਜੇਪੀ ਕਦੀ ਬੋਲੀ ਹੈ, ਜਦੋਂ ਬੋਲੀ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਰਾਹੀਂ ਜਾਂ ਅੰਦੋਲਨ ਰਾਹੀਂ ਜਾਂ ਆਪਣੇ ਮੁਜ਼ਾਹਰਿਆਂ ਰਾਹੀਂ ਇਹ ਮੁੱਦਿਆਂ ਨੂੰ ਉਜਾਗਰ ਕੀਤਾ। ਲੱਗਦਾ ਤੁਸੀਂ ਇੰਨੀ ਜਲਦੀ ਵਿੱਚ ਆ ਗਏ, ਇੰਨੀ ਜਲਦੀ ਵਿੱਚ ਤੁਸੀਂ ਅਸੀਂ ਤੁਹਾਨੂੰ ਉੱਪਰ ਕਾਬੂ ਹੋ ਸਕਦੇ ਹੋ ਤਾਂ ਲੋਕਾਂ ਨੂੰ ਜਿੱਤ ਪ੍ਰਾਪਤ ਕਰ ਸਕਦੇ ਕਿੰਨੋਂ ਦਾ ਜਿੱਤ ਸਕਦੇ। ਇਹ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਹਰ ਵਿਅਕਤੀ ਦਾ ਇਹ ਮਕਸਦ ਹੁੰਦਾ ਹੈ ਕਿ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਨੀ, ਸਭ ਤੋਂ ਵੱਡਾ ਹੋਣਾ ਵੀ ਚਾਹੀਦਾ। ਔਰ ਅਸੀਂ ਇਹ ਵੀ ਸੋਚ ਕੇ ਨਹੀਂ ਆਏ ਕਿ ਅਸੀਂ ਦਾਰੂ ਪਿਆ ਕੇ ਲੋਕਾਂ ਨੂੰ ਪੈਸੇ ਵੰਡ ਕੇ ਜਾਂ ਲੋਕਾਂ ਨੂੰ ਝੂਠੇ ਵਾਅਦੇ ਕਰਕੇ, ਜਿਵੇਂ ਕਿ ਕੈਪਟਨ ਸਾਹਿਬ ਨੇ ਗੁਰਦਾ ਸਾਹਿਬ ਦੀ ਸਹੁੰ ਖਾ ਕੇ ਵਾਅਦਾ ਕੀਤਾ ਅਤੇ ਉਸ ਤੋਂ ਬਾਅਦ ਉਹ ਮੁੱਕਰ ਗਿਆ। ਅਸੀਂ ਝੂਠੇ ਵਾਅਦਿਆਂ ਉੱਤੇ ਜਾਂ ਸ਼ਰਾਬ ਪਿਆ ਕੇ ਜਾਂ ਕਿਸੇ ਤਰ੍ਹਾਂ ਦਾ ਕੋਈ ਮਤਲਬ ਮੈਲੋਫਾਈਡ ਟੈਨਸ਼ਨ ਲੈ ਕੇ ਇੱਥੇ ਨਹੀਂ ਆਏ, ਅਸੀਂ ਸਾਫ਼ ਸੁਥਰੀ ਜਿਹੜੀ ਸਰਕਾਰ ਵਾਸਤੇ ਸਾਫ਼ ਸੁਥਰੇ ਮਤਲਬ ਜਿਹੜੇ ਨਾ ਮਾਹੌਲ ਨੂੰ ਕਾਇਮ ਕਰਨ ਵਾਸਤੇ। ਨਹੀਂ ਅਸੀਂ ਕੋਈ ਗੱਲ ਨਹੀਂ ਹੈ, ਤੁਸੀਂ ਇਹ ਦੇਖੋ ਕਿ ਅੱਜ ਤੋਂ ਪਹਿਲੇ ਮੈਂ ਸਾਡੇ ਵਿੱਚ ਕੋਈ ਕਮੀ ਨਹੀਂ ਹੈ, ਕਈ ਲੋਕਾਂ ਦੀ ਇੱਕ ਮਨਸ਼ਾ ਲੈ ਕੇ ਆਏ ਹੁੰਦੇ ਨੇ, ਜਦੋਂ ਉਹਨਾਂ ਦੀ ਮਨਸ਼ਾ ਪੂਰੀ ਨਹੀਂ ਹੁੰਦੀ ਤੇ ਉਹ ਫਿਰ ਹੋਰ ਪਾਸੇ ਚਲੇ ਜਾਂਦੇ ਨੇ। ਪਰ ਇੱਕ ਗੱਲ ਮੈਂ ਇਹ ਕਹਿ ਦੇਣਾ ਚਾਹੁੰਦਾ ਕਿ ਇੱਕ ਦੋ ਵਿਅਕਤੀ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ, ਆਮ ਪਾਰਟੀ ਦੇ ਨਾਲ ਆਮ ਵਰਕਰ ਜਿਹੜਾ ਪਹਿਲੇ ਤਰ੍ਹਾਂ ਜੁੜਿਆ, ਕੋਈ ਐਸੀ ਗੱਲ ਨਹੀਂ ਹੈ। ਮੈਂ ਅੱਗੇ ਵੀ ਗੱਲ ਕਹੀ ਹੈ ਕਿ ਸਮੇਂ ਦੀ ਘਾਟ ਕਰਕੇ ਹੋ ਸਕਦਾ ਕੋਈ ਬੰਦਾ ਮਤਲਬ ਆਪਣੇ ਰੁਝੇਵਿਆਂ ਕਰਕੇ ਨਾ ਆ ਸਕਿਆ ਹੋਵੇ, ਅਦਰਵਾਈਜ਼ ਸਾਰੇ ਹੀ ਸਾਰੇ ਵਰਕਰ ਜਿਹੜੇ ਆਮ ਆਦਮੀ ਪਾਰਟੀ ਦਾ ਉਮੀਦ ਕਰਦੇ ਹਾਂ ਵੀ ਸ਼ਾਇਦ ਵੀ ਜਿਹੜੇ ਸੁਪਨੇ ਸਾਨੂੰ ਦਿੱਲੀ ਦਿਖਾ ਕੇ ਕੀਤੇ ਜਾਂਦੇ ਸ਼ਾਇਦ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਇਹ ਸਾਨੂੰ ਦਿਖਾਉਣ ਤਾਂ ਜ਼ਿਆਦਾ ਵਧੀਆ ਵਾਲੀ ਗੱਲ ਹੈ ਜੀ। ਤੁਸੀਂ ਬੜੇ ਰੋਸ਼ਨ ਕਰਨਾ।